ਸਤਿ ਸ਼੍ਰੀ ਅਕਾਲ, ਮੈਂ ਹਾਂ ਆਰਤੀ ਅਸਮਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਰੋਜ਼ ਦੇ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹਾਂ ਟੌਪ 20 ਖਬਰਾਂ ਨੂੰ ਲੈ ਕੇ, ਜਾਣਾਂਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਂਦੇ ਹਾਂ ਨਜ਼ਰ ਮੁੱਖ ਸੁਰਖੀਆਂ ਤੇ। ਮਾਨ ਸਰਕਾਰ 27 ਨਵੰਬਰ ਨੂੰ ਗੁਰਪੁਰਬ ਮੌਕੇ ਸ਼ੁਰੂ ਕਰੇਗੀ ਮੁਫਤ ਆਟੇ ਦੀ ਹੋਮ ਡਿਲੀਵਰੀ। 1.42 ਕਰੋੜ ਲੋਕਾਂ ਨੂੰ ਹੋਵੇਗਾ ਇਸਦਾ ਫਾਇਦਾ। 16 ਬੱਸ ਅੱਡੇ ਕਿਰਾਏ ਤੇ ਦੇਣ ਦੀ ਤਿਆਰੀ ਦੇ ਵਿੱਚ ਮਾਨ ਸਰਕਾਰ, ਪ੍ਰਾਈਵੇਟ ਕੰਪਨੀਆਂ ਨੂੰ ਮਿਲੇਗਾ ਮੌਕਾ। 8.5 ਮਹੀਨਿਆਂ ਬਾਅਦ ਰਾਜਪਾਲ ਨੇ ਵਿਧਾਨ ਸਭਾ ਦਾ ਬਜਟ ਇਜਲਾਸ ਪੱਕੇ ਤੌਰ ਤੇ ਉਠਾਇਆ। ਮਨੀ ਬਿੱਲ ਨੂੰ ਵੀ ਦਿੱਤੀ ਮਨਜ਼ੂਰੀ। ਅੰਮ੍ਰਿਤਸਰ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਡਿਊਟੀ ਤੇ ਜਾ ਰਹੇ ASI ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ। ਵਿਜੀਲੈਂਸ ਦਾ ਐਕਸ਼ੀਅਨ, 91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਮਾਲ ਪਟਵਾਰੀ ਨੂੰ ਕੀਤਾ ਗ੍ਰਿਫਤਾਰ। ਲੁਧਿਆਣਾ ਦੇ ਵਿੱਚ ਬੇਖੌਫ ਲੁਟੇਰੇ ਐਸਪੀ ਦੇ ਘਰ ਦੇ ਬਾਹਰੋਂ ਕੀਤੀ ਲੁੱਟ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਕੈਸ਼ ਤੇ ਮੋਬਾਈਲ ਖੋਹ ਕੇ ਹੋਏ ਫਰਾਰ। SGPC ਚੋਣਾਂ ਵੋਟਰ ਲਿਸਟ ਦੇ ਸ਼ਡਿਊਲ 'ਚ ਕੀਤਾ ਬਦਲਾਅ, ਵਧਾਈ ਗਈ ਰਜਿਸਟ੍ਰੇਸ਼ਨ ਦੀ ਤਰੀਕ। ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ, 5 ਦਿਨਾਂ ਅੰਦਰ ਮਾਫ਼ੀ ਮੰਗਣ ਦੀ ਦਿੱਤੀ ਚੇਤਾਵਨੀ। ਅਨਾਜ ਮੰਡੀ ਖੰਨਾ ਦੇ ਵਿੱਚ ਪਿਛਲੇ ਸਾਲ ਨਾਲੋਂ ਟੱਪੀ ਝੋਨੇ ਦੀ ਖਰੀਦ, ਹੁਣ ਤੱਕ 38,000 ਕੁਇੰਟਲ ਤੋਂ ਵੱਧ ਖਰੀਦਿਆ ਗਿਆ ਝੋਨਾ। ਜ਼ਮੀਨੀ ਹਕੀਕਤ ਤੋਂ ਧਿਆਨ ਭਟਕਦਾ ਰਹੇ ਸੀਐਮ ਮਾਨ, ਵਿਧਾਇਕ ਵੱਲੋਂ ਨਸ਼ਾ ਤਸਕਰਾਂ ਤੋਂ 40 ਲੱਖ ਲੈਣ ਤੇ ਐਕਸ਼ਨ ਕਿਉਂ ਨੀ? ਪ੍ਰਗਟ ਸਿੰਘ ਨੇ ਸੀਐਮ ਮਾਨ ਤੇ ਸਾਧਿਆ ਨਿਸ਼ਾਨਾ। ਬੰਗਾਲ ਦੀ ਖਾੜੀ 'ਚ ਫਿਰ ਆਵੇਗਾ ਚੱਕਰਵਾਤ, ਕਈ ਇਲਾਕਿਆਂ 'ਚ ਹੋਵੇਗੀ ਬਾਰਿਸ਼। ਮੌਸਮ ਵਿਭਾਗ ਨੇ ਜਾਰੀ ਕੀਤੇ ਅਪਡੇਟ। RBI ਦੀ ਵੱਡੀ ਕਾਰਵਾਈ, ਐਕਸਿਸ ਬੈਂਕ ਤੇ ਲਗਾਇਆ 90 ਲੱਖ ਰੁਪਏ ਦਾ ਜੁਰਮਾਨਾ। RBI ਦੇ ਬਣਾਏ ਨਿਯਮਾਂ ਦਾ ਪਾਲਣ ਨਾ ਕਰਨ ਤੇ ਕੀਤੀ ਕਾਰਵਾਈ। ਕੁਲਗਾਮ 'ਚ 20 ਘੰਟੇ ਤੱਕ ਫੌਜ ਦੀ ਜ਼ਬਰਦਸਤ ਕਾਰਵਾਈ, ਲਸ਼ਕਰੇ ਤੋਇਬਾ ਦੇ 5 ਅੱਤਵਾਦੀ ਕੀਤੇ ਢੇਰ। ਦਿੱਲੀ 'ਚ ਵਿਗੜਿਆ ਮਾਹੌਲ, ਬਹੁਤ ਗੰਭੀਰ ਸ਼੍ਰੇਣੀ 'ਚ ਪਹੁੰਚਿਆ AQI। ਰਾਜਧਾਨੀ 'ਚ ਫਿਰ ਤੋਂ ਆਡ ਈਵਨ ਦੀ ਪਾਲਿਸੀ ਹੋ ਸਕਦੀ ਹੈ ਲਾਗੂ। ਇਟਲੀ ਤੋਂ ਦੁਖਦਾਇਕ ਖਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਵਿਆਹ ਕਰਵਾ ਕੇ 20 ਦਿਨਾਂ ਪਹਿਲਾਂ ਹੀ ਗਿਆ ਸੀ ਵਿਦੇਸ਼। ਦੁਬਈ ਦੇ ਵਿੱਚ ਰਹਿਣ ਵਾਲਾ ਭਾਰਤਵੰਸ਼ੀ ਰਾਤੋਂ ਰਾਤ ਬਣਿਆ ਕਰੋੜਪਤੀ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ। ਦੁਬਈ ਦੇ ਵਿੱਚ ਕੰਟਰੋਲ ਰੂਮ ਦਾ ਆਪਰੇਟਰ ਹੈ ਲਾਟਰੀ ਜਿੱਤਣ ਵਾਲਾ ਵਿਅਕਤੀ। ਵਿਸ਼ਵ ਕੱਪ 2023 ਦੌਰਾਨ ਭਾਰਤ ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ। ਗਾਂਗੁਲੀ ਦਾ ਬਦਲਾ ਲਵੇਗੀ ਟੀਮ ਇੰਡੀਆ। ਨਿਊਜ਼ੀਲੈਂਡ ਦੇ ਹੈਮਿਲਟਨ 'ਚ 19 ਨਵੰਬਰ ਨੂੰ ਕਰਵਾਇਆ ਜਾਵੇਗਾ 3ਰਾ ਖੇਡ ਮੇਲਾ। ਕਬੱਡੀ ਅਤੇ ਕ੍ਰਿਕਟ, ਹੋਰ ਖੇਡਾਂ ਦੇ ਕਰਾਏ ਜਾਣਗੇ ਮੁਕਾਬਲੇ। ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ, 3 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼। ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ। ਪੰਜਾਬ ਲਈ ਮਾਣ ਵਾਲੀ ਗੱਲ, ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਜਾਰੀ ਹੋਵੇਗੀ ਪੰਜਾਬੀ 'ਚ ਤਿਆਰ ਡਾਕ ਟਿਕਟ। ਇਸ ਨੂੰ ਤੱਕ ਦੀਆਂ ਮੁੱਖ ਖਬਰਾਂ, ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰ ਦੇ ਨਾਲ। ਤੁਸੀਂ ਵੇਖਦੇ ਰਹੋ SMZ ਨਿਊਜ਼।